ਹਾਂ ਜੀ ਪਰ ਅੱਜ ਅਸੀਂ ਇਹਦੀ ਰੇਟ ਕਰਤਾ 3 ਲੱਖ ਤੇ 80 ਹਜ਼ਾਰ ਦੀ ਗੱਡੀ ਦੇ ਦਾਂਗੇ ਜੀ। ਠੀਕ ਹੈ ਜੀ, ਬਾਕੀ ਮੌਕੇ ਤੇ ਹੋਰ ਮਾੜਾ ਮੋਟਾ ਮਾਨ ਤਾਨ ਕਰ ਦਾਂਗੇ, ਕੋਈ ਮਤਲਬ ਹੋਇਆ ਠੀਕ ਹੈ ਜੀ। ਠੀਕ ਹੈ, ਹਾਂ ਮੌਕੇ ਤੇ ਘਾਟਾ ਵਾਧਾ ਹੋ ਜਾਏਗਾ, ਹਾਂ ਮੋਟੇ ਮੌਕੇ ਤੇ ਕਰਾਂਗੇ ਮਾਨ ਤਾਨ, ਜਿਹੜਾ ਬੰਦਾ ਵੀਡੀਓ ਦੇਖ ਕੇ ਆਉਂਦਾ ਮਾਨ ਤਾਨ ਕਰ ਦਾਂਗੇ ਜੀ। ਆਪਣਾ ਹਰਿਆਣਾ ਨੰਬਰ ਤੇ ਪੰਜਾਬ ਨੰਬਰ ਦੋਨੇ ਮਿਲ ਜਾਣਗੀਆਂ ਗੱਡੀਆਂ? ਹਾਂਜੀ, ਆ ਹਰਿਆਣਾ, ਆ ਪੰਜਾਬ ਨੰਬਰ ਤੇ ਹਰਿਆਣਾ ਨੰਬਰ ਖੜੀ ਹੈ ਜੀ, 2010 ਮਾਡਲ। ਠੀਕ ਹੈ ਜੀ, ਤੁਸੀਂ ਦੇਖ ਰਹੇ ਹੋ ਟਾਇਰ ਨਵੇਂ ਹੈ ਜੀ, ਗੱਡੀ ਸ਼ੋਰੂਮ ਹੈ, ਸੀਟ ਕਵਰ ਨਵੇਂ ਚੜੇ। ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਫੇਸਬੁੱਕ ਪੇਜ ਤੇ, ਯੂਟਿਊਬ ਚੈਨਲ ਤੇ। ਅੱਜ ਆਪਾਂ ਤੁਹਾਡੇ ਲਈ ਗੱਡੀਆਂ ਲੈ ਕੇ ਆਏ ਹਾਂ, ਹਰੇਕ ਤਰ੍ਹਾਂ ਦੀ ਗੱਡੀ ਆ ਤੇ ਸਾਰੇ ਰੇਟ ਪ੍ਰਾਈਸ ਦੱਸਾਂਗੇ। ਗੁਰੂ ਕਿਰਪਾ ਮੋਟਰਸ ਦੇ ਦੁਕਾਨ ਤੇ ਆਪਾਂ ਸ਼ਾਪ ਤੇ ਖੜੇ ਹਾਂ ਤੇ ਕਰਦੇ ਹਾਂ ਬਾਈ ਨਾਲ ਗੱਲਬਾਤ ਤੇ ਅੰਕਲ ਨਾਲ ਸਾਰੇ ਰੇਟਾਂ ਦਾ। ਤੁਹਾਨੂੰ ਦੱਸਾਂਗੇ ਕੀ ਮਾਡਲ ਆਏ ਨੇ, ਕਿੰਨੀ ਕੰਡੀਸ਼ਨ ਹੈ, ਕਿੰਨੇ 'ਚ ਦੇਣੀ ਆ, ਕੀ ਕੰਡੀਸ਼ਨ ਹੈ, ਸਾਰੇ ਗੱਲਬਾਤ ਕਰਦੇ ਹਾਂ, ਬਾਕੀ ਬਾਈ ਨਾਲ ਕਰਦੇ ਹਾਂ ਗੱਲਬਾਤ। ਹੋਰ ਕੀ ਹਾਲ ਅੰਕਲ ਜੀ? ਠੀਕ ਹੈ ਜੀ, ਤੇ ਆਪਣਾ ਵਧੀਆ ਜੀ, ਵਧੀਆ। ਤੇ ਆਪਣੇ ਨਵੇਂ ਸਾਲ ਦੇ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਤੁਹਾਨੂੰ ਵੀ। ਤੇ ਆਪਣਾ ਪਹਿਲਾਂ ਨਾਮ ਦੱਸੋ ਤੇ ਇੱਕ ਮੋਬਾਈਲ ਨੰਬਰ ਦੱਸ ਦਿਓ ਜੀ। ਗੁਰੂ ਕਿਰਪਾ ਮੋਟਰ ਜੀ, ਹਾਂਜੀ, ਮੋਬਾਈਲ ਨੰਬਰ 98-770-18-876 ਜੀ। ਹਾਂਜੀ, ਤੇ ਇੱਕ ਇਹ ਐਡਰੈਸ ਦੱਸੋ ਜੀ, ਆਪਾਂ ਪ੍ਰੋਪਰ ਖੜੇ ਕਿੱਥੇ ਆ? ਆਪਾਂ ਖੜੇ ਆ ਜੀ ਸਰਸਾ ਰੋਡ ਸਰਦੂਲਗੜ੍ਹ, ਗੱਡੀਆਂ ਦੀ ਮਾਰਕੀਟ ਹੈ ਜੀ। ਠੀਕ ਹੈ ਜੀ, ਠੀਕ ਹੈ ਜੀ, ਨੇੜੇ ਸਿੰਘ ਸਭਾ ਗੁਰਦੁਆਰਾ ਜੀ। ਠੀਕ ਹੈ ਜੀ, ਹੁਣ ਆਪਣੇ ਕੋਲ ਗੱਡੀਆਂ ਕਿੰਨੀਆਂ ਖੜੀਆਂ ਤੇ ਕਿਹੜੇ ਕਿਹੜੇ ਮਾਡਲ ਖੜੇ ਨੇ? ਆਪਣੇ ਕੋਲੇ ਸਾਰੀਆਂ ਖੜੀਆਂ ਜੀ, ਬਹੁਤ ਸਾਰੀਆਂ, ਲਗਭਗ ਸਵਿਫਟਾਂ ਜੀ, ਹਾਂਜੀ, ਤੇ i20ਆਂ, ਸਕਾਰਪੀਓ, ਹਾਂਜੀ, ਕੈਂਪਰ, ਹਾਂਜੀ, ਠੀਕ ਹੈ ਜੀ, ਤੇ ਹੋਰ ਆਪਣੇ ਕੋਲ ਵਾਧੂ ਗੱਡੀਆਂ ਖੜੀਆਂ ਜੀ ਵੀ, ਡਿਮਾਂਡ ਔਨ ਡਿਮਾਂਡ ਜਿਹੜੀ ਵੀ ਚੀਜ਼ ਚਾਹੀਦੇ ਦੇ ਨੇ, ਰੇਟੇ ਹੀ ਖੜੀ ਹੈ ਜੀ। ਅੱਛਾ ਜੀ, ਚਲੋ ਫਿਰ ਦਿਖਾਓ ਆਪਾਂ ਨੂੰ ਗੱਡੀਆਂ ਕਿਹੜੀਆਂ ਕਿਹੜੀਆਂ ਕਿੱਥੇ ਕਿੱਥੇ। ਸਾਰਾ ਦੇਖੋ ਜੀ 70-70 ਗੱਡੀ ਹੈ ਜੀ, ਆ ਨੰਬਰ ਇਹਦਾ। ਅੱਛਾ ਜੀ, ਇਹ ਸਰ 12 ਮਾਡਲ ਹੈ ਜੀ। ਠੀਕ ਹੈ ਜੀ, 12 ਮਾਡਲ ਹੈ, 12 ਮਾਡਲ ਹੈ ਸਰ। ਇਹ ਤੇ ਲਾ ਲਓ ਵੀ 70 ਤੋਂ ਲੈ ਕੇ 80 ਹਜ਼ਾਰ ਦੀ ਅਸੈਸਰੀ ਲੱਗੀ ਹੋਈ ਹੈ ਜੀ। ਠੀਕ ਹੈ ਜੀ, ਲੋ ਪ੍ਰੋਫਾਈਲ ਟਾਇਰ ਲੱਗੇ ਹੈ, ਅਲਾਏ ਵੀ ਲੱਗੇ ਹੈ। ਠੀਕ ਹੈ ਜੀ, ਅੰਦਰੋਂ ਸਾਰਾ ਇੰਟੀਰੀਅਰ ਜਿਹੜਾ ਸਪੋਰਟਸ ਮਾਡਲ ਬਣਾਈ ਹੋਈ ਹੈ ਜੀ। ਸਪੋਰਟਸ ਮਾਡਲ? ਹਾਂਜੀ ਹਾਂਜੀ, ਸਪੋਰਟਸ ਮਾਡਲ ਬਣਾਈ ਹੋਈ ਹੈ ਸਰ। ਠੀਕ ਹੈ ਜੀ, ਇਹ ਗੱਡੀ ਜੀ ਅਸੀਂ ਵੈਸੇ ਤਾਂ ਡਿਮਾਂਡ ਕਰਦੇ ਹਾਂ 3.25 ਲੱਖ ਦੀ, ਹਾਂਜੀ, ਪਰ ਜਿਹੜਾ ਵੀਡੀਓ ਦੇਖ ਕੇ ਆਊਗਾ ਜੀ, ਹਾਂਜੀ, ਉਹਨੂੰ ਗੱਡੀ ਦੇ ਦਾਂਗੇ ਅਸੀਂ 2,90,000 ਦੀ। 2,90,000 ਦੀ ਦੇਦੋਗੇ? ਠੀਕ ਹੈ ਜੀ, ਠੀਕ ਹੈ ਜੀ, ਹਾਂਜੀ ਹਾਂਜੀ। ਇਹ ਹੈਗੀ ਸਵਿਫਟ, ਸਵਿਫਟ ਜੀ 2012 ਮਾਡਲ VDI, ਹਾਂਜੀ, ਤੇ ਸਪੋਰਟਸ ਮਾਡਲ ਹੈ ਬਣਾਇਆ ਹੋਇਆ ਜੀ, ਸਪੋਰਟਸ ਮਾਡਲ ਮੋਡੀਫਾਈ ਕੀਤਾ, 70-80 ਹਜ਼ਾਰ ਲਾਇਆ ਹੋਇਆ ਜੀ। ਠੀਕ ਹੈ ਜੀ, ਠੀਕ ਹੈ ਜੀ, ਹਾਂਜੀ ਹਾਂਜੀ, ਤੇ ਅੰਦਰ ਦੇਖੋ ਜੀ, ਆ ਜਾਓ ਗੱਡੀ ਤੁਹਾਨੂੰ ਦਿਖਾਉਣੇ ਹੋਰ ਜੀ। ਇਹ ਹੈਗੀ ਸਰ i20 ਜੀ। ਅੱਛਾ ਜੀ, ਠੀਕ ਹੈ ਜੀ, ਹਾਂਜੀ, ਮਾਰਕੀਟ ਵੈਲਿਊ ਇਹਦੀ 5 ਲੱਖ ਰੁਪਇਆ ਜੀ। ਠੀਕ ਹੈ ਜੀ, ਆਪਾਂ ਇਹ ਤੁਹਾਨੂੰ 4.25 ਲੱਖ ਦੇ ਦਾਂਗੇ, 15 ਮਾਡਲ ਜੀ, ਹਾਂਜੀ, ਟੌਪ ਮਾਡਲ, ਹਾਂਜੀ, ਆਸਤਾ ਮਾਡਲ ਹੈ ਜੀ। ਤੇ ਇਹ ਨਾਮ ਵਗੈਰਾ ਤੇ ਇਹਨਾਂ ਦੀ? ਹਾਂ, ਨਾਮ ਫਸਟ ਪਾਰਟੀ ਨਾਮ ਹੈ ਜੀ, NOC ਨਾਲ ਮਿਲੂਗੀ ਜੀ, NOC ਨਾਲ ਮਿਲੇ, ਪੇਪਰ ਸਾਰੇ ਮੌਕੇ ਦੇ ਹੈਗੇ ਹਾਜ਼ਰ ਜੀ। ਠੀਕ ਹੈ ਜੀ, ਕੋਈ ਦਿੱਕਤ ਨਹੀਂ ਕਿਸੇ ਗੱਲ ਦੀ, ਹਰਿਆਣਾ ਨੰਬਰ ਹੈ ਜੀ। ਹਾਂਜੀ ਹਾਂਜੀ ਹਾਂਜੀ, ਤੇ ਆਹ ਕਿਹੜੀ ਗੱਡੀ? ਇਹ ਹੈਗੀ ਹੈ ਜੀ ਸਵਿਫਟ ਜੀ। ਅੱਛਾ ਜੀ, ਇਹ ਹੈਗੀ 2014 ਮਾਡਲ ਜੀ। ਅੱਛਾ ਜੀ, 14 ਮਾਡਲ, ਬਿਲਕੁਲ ਨਵੀਂ ਗੱਡੀ ਹੈ, ਬ੍ਰਾਂਡ ਨਿਊ ਗੱਡੀ ਹੈ, ਨਵੇਂ ਟਾਇਰ ਹੈ ਜੀ, ਬੀਮਾ ਦਾ ਇੰਸ਼ੋਰੈਂਸ ਵੀ ਪਿਆ। ਹਾਂਜੀ, ਤੇ ਇਹ ਗੱਡੀ ਅਸੀਂ ਆਪਾਂ ਦੇ ਦਾਂਗੇ ਜੀ, ਵੈਸੇ ਤਾਂ 4.25 ਲੱਖ ਦੀ ਡਿਮਾਂਡ ਸੀਗੀ ਜੀ, ਹਾਂਜੀ, ਪਰ ਅੱਜ ਅਸੀਂ ਇਹਦੀ ਰੇਟ ਕਰਤਾ 3,80,000 ਦੀ ਗੱਡੀ ਦੇ ਦਾਂਗੇ ਜੀ। ਠੀਕ ਹੈ ਜੀ, ਬਾਕੀ ਮੌਕੇ ਤੇ ਹੋਰ ਮਾੜਾ ਮੋਟਾ ਮਾਨ ਤਾਨ ਕਰ ਦਾਂਗੇ, ਕੋਈ ਮਤਲਬ ਹੋਇਆ ਠੀਕ ਹੈ ਜੀ। ਠੀਕ ਹੈ, ਹਾਂ, ਮੌਕੇ ਤੇ ਘਾਟਾ ਵਾਧਾ ਹੋ ਜਾਏਗਾ, ਹਾਂ, ਮੌਕੇ ਤੇ ਕਰਾਂਗੇ ਮਾਨ ਤਾਨ, ਜਿਹੜਾ ਬੰਦਾ ਵੀਡੀਓ ਦੇਖ ਕੇ ਆਉਂਦਾ ਮਾਨ ਤਾਨ ਕਰ ਦਾਂਗੇ ਜੀ। ਆਪਣਾ ਹਰਿਆਣਾ ਨੰਬਰ ਤੇ ਪੰਜਾਬ ਨੰਬਰ ਦੋਨੇ ਮਿਲ ਜਾਣਗੀਆਂ ਗੱਡੀਆਂ? ਹਾਂਜੀ, ਆ ਹਰਿਆਣਾ, ਆ ਪੰਜਾਬ ਨੰਬਰ ਤੇ ਹਰਿਆਣਾ ਨੰਬਰ ਖੜੀ ਹੈ ਜੀ, 2010 ਮਾਡਲ। ਠੀਕ ਹੈ ਜੀ, ਤੁਸੀਂ ਦੇਖ ਰਹੇ ਹੋ ਟਾਇਰ ਨਵੇਂ ਹੈ ਜੀ, ਗੱਡੀ ਸ਼ੋਰੂਮ ਹੈ, ਸੀਟ ਕਵਰ ਨਵੇਂ ਚੜੇ ਹੋਏ ਹੈ ਜੀ। ਠੀਕ ਹੈ ਜੀ, ਇਹ ਚ ਕੋਈ ਕਮੀ ਨਹੀਂ ਗੱਡੀ, ਜੇਕਰ ਰੁਪਈਏ ਦੀ ਵੀ, ਇੰਜਨ, ਗੇਅਰ, ਸਭ ਕੁਝ ਨਵੀਂ ਕਾਰ ਹੈ ਜੀ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ, ਇਹ ਅਸੀਂ ਤੁਹਾਨੂੰ ਵੈਸੇ ਤਾਂ 2.25 ਲੱਖ ਰੇਟ ਹੈ ਦਾ ਜੀ, ਪਰ ਅੱਜ ਅਸੀਂ 2 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਤੁਹਾਨੂੰ ਜੀ, 2 ਲੱਖ ਦੀ, 2 ਲੱਖ ਦੀ ਸਵਿਫਟ 10 ਮਾਡਲ, ਜਮਾਂ ਨਵੀਂ, ਨਵੇਂ ਟਾਇਰ। ਠੀਕ ਹੈ ਜੀ, ਠੀਕ ਹੈ ਜੀ,
ਤੇ ਉਸ ਤੋਂ ਅੱਗੇ ਆ ਗਈ ਆ 10 ਮਾਡਲ ਪੰਜਾਬ ਨੰਬਰ ਜੀ। ਠੀਕ ਹੈ ਜੀ, ਠੀਕ ਹੈ ਜੀ। ਇਹ ਗੱਡੀ ਵੀ ਬਿਲਕੁਲ ਪੂਰੀ ਸੋਹਣੀ ਹੈ, ਚਲਾ ਕੇ ਜਮਾ ਨਵੀਂ ਹੈ। ਹਾਂਜੀ, ਕੋਈ ਇੰਜਨ ਗੇਅਰ ਚ ਕਮੀ ਹੋਵੇ ਜ਼ਿੰਮੇਵਾਰੀ ਹੈ ਜੀ, ਫੁੱਲ ਗਾਰੰਟੀ ਦੇਵਾਂਗੇ 3 ਮਹੀਨਿਆਂ ਦੀ ਜੀ। ਠੀਕ ਹੈ ਜੀ। ਤੇ ਇਹ ਗੱਡੀ ਆਪਾਂ ਦੇ ਦਾਂਗੇ 1,75,000 ਦੀ ਜੀ। 1,75,000 ਪੰਜਾਬ ਨੰਬਰ ਜੀ, ਬਠਿੰਡੇ ਦਾ ਪੰਜਾਬ ਨੰਬਰ ਹੈ ਨਾਮ ਕਰਕੇ। ਹਾਂਜੀ ਹਾਂਜੀ, ਨਾਮ ਕਰਵਾ ਕੇ ਦੇ ਦਾਂਗੇ ਜੀ। ਠੀਕ ਹੈ ਜੀ, ਠੀਕ ਹੈ ਜੀ। ਇਹ ਆ ਜੋ ਪਿਕਅਪ ਖੜੀ ਹੈ ਜੀ, 2016 ਮਾਡਲ ਜੀ, 2016 ਮਾਡਲ ਪਿਕਅਪ। ਹਾਂਜੀ ਹਾਂਜੀ, ਇਹ ਗੱਡੀ ਜੀ ਬਿਲਕੁਲ ਨਵੀਂ ਹੈ ਤੇ ਇਹਦੇ ਟਾਇਰ ਟੂ ਬਿਲਕੁਲ ਵਧੀਆ ਕੰਡੀਸ਼ਨ ਦੇ ਹੈ। ਗੱਡੀ ਇੰਜਨ ਗੇਅਰ ਦੀ ਬਹੁਤ ਨਵੀਂ ਹੈ, ਚਲਾ ਕੇ ਬਿਲਕੁਲ ਨਵੀਂ ਹੈ ਜੀ। ਠੀਕ ਹੈ ਜੀ, ਠੀਕ ਹੈ ਜੀ। ਇਹ ਗੱਡੀ ਆਪਾਂ ਦੇ ਦਾਂਗੇ ਮੌਕੇ ਤੇ 5,00,000 ਰੁਪਇਆਂ ਦੀ। 5,00,000 ਦੀ? ਹਾਂਜੀ, ਮੌਕੇ ਤੇ ਬਾਕੀ ਮਾੜਾ ਮੋਟਾ ਹੋਰ ਮਾਨਤਨ ਕਰ ਦਾਂਗੇ ਜੀ। ਠੀਕ ਹੈ ਜੀ, ਠੀਕ ਹੈ ਜੀ। ਇਹ ਦੇਖ ਰਹੇ ਹੋ ਤੁਸੀਂ ਬਲੋਰੋ ਕੈਂਪਰ ਖੜਾ ਜੀ, 2020 ਮਾਡਲ। ਠੀਕ ਹੈ ਜੀ, ਬਿਲਕੁਲ ਘੱਟ ਚੱਲਿਆ, ਬਿਲਕੁਲ ਨਵਾਂ ਹੈ ਜੀ। ਠੀਕ ਹੈ ਜੀ। ਇਸ 'ਚ ਕੋਈ ਵੀ 1% ਵੀ ਕਿਤੋਂ ਪੇਂਟ ਨਹੀਂ, ਕੋਈ ਫਾਲਟ ਨਹੀਂ ਇਸ ਗੱਡੀ ਜੀ। ਨਵੀਂ ਦਾ ਮਤਲਬ ਨਵੀਂ ਹੈਗੀ ਹੈ। ਇਹ ਆਪਾਂ ਦੇ ਦਾਂਗੇ ਜੀ 8.5 ਲੱਖ ਰੁਪਇਆ ਕਹਿੰਦੇ ਆ, ਮੌਕੇ ਤੇ ਕਰ ਦਾਂਗੇ ਛੋਟਾਂ ਜੀ। ਬਾਕੀ ਮੌਕੇ ਤੇ, ਹਾਂ ਮੌਕੇ ਤੇ ਕਰ ਦਾਂਗੇ, ਕੋਈ ਨਹੀਂ ਹੋਰ ਵੀ ਕਰ ਦਾਂਗੇ। ਇਹ ਆਪਾਂ ਦੇ ਦਾਂਗੇ 7,80,000 ਦੀ ਗੱਡੀ ਦੇ ਦਾਂਗੇ ਜੀ। ਠੀਕ ਹੈ ਜੀ, 7,80,000 ਛੱਡ ਦੋਗੇ? 7,80,000 ਛੱਡ ਦਾਂਗੇ ਜੀ। ਚਲੋ ਜੀ, ਇਹ ਬਲੈਰੋ ਕੈਂਪਰ ਚੱਲਿਆ ਵੀ ਸਾਰਾ 70,000 ਕਿਲੋਮੀਟਰ ਰੀਨਲ ਹੈ ਜੀ, 70,000 ਚੱਲਿਆ ਰੀਨਲ। ਇਹ ਓਰੀਜਨਲ ਸਾਰੀ 70,000 ਕਿਲੋਮੀਟਰ ਚੱਲੀ ਹੈ ਜੀ। ਹਾਂਜੀ ਹਾਂਜੀ, ਬਿਲਕੁਲ ਨਵੀਂ ਗੱਡੀ ਹੈ ਜੀ। ਠੀਕ ਹੈ ਜੀ, ਬਲੈਰੋ ਕੈਂਪਰ ਟੌਪ ਮਾਡਲ ਹੈ, ZX ਜੀ। ਠੀਕ ਹੈ ਜੀ, ZX ਮਾਡਲ। ਹਾਂਜੀ ਹਾਂਜੀ, ਤੇ ਬਾਕੀ ਛੱਡਣੀ ਕਿੰਨੇ ਚ ਕਿਹਾ ਤੁਸੀਂ? 7,80,000 ਹੋਰ ਵੀ ਮਾੜਾ ਮੋਟਾ ਕਰ ਦਾਂਗੇ, ਮੌਕੇ ਤੇ ਜਿਹੜਾ ਘਾਟਾ ਵਾਧਾ ਹੋ ਜਾਏਗਾ। ਚੱਲੀ ਬਹੁਤ ਘੱਟ ਹੈ ਗੱਡੀ, ਨਵੀਂ ਗੱਡੀ ਹੈ ਜੀ, ਨਵੀਂ ਗੱਡੀ ਆ। ਤੇ ਬਾਕੀ ਗੱਡੀਆਂ ਕਿੰਨੀਆਂ ਕੁ ਚੱਲੀਆਂ ਜੀ ਆਪਣੀਆਂ, ਜੇ ਆ ਇਹਦੀ ਗੱਲ ਕਰੀਏ? ਬਸ ਕੋਈ ਗੱਡੀ 70,000 ਚੱਲੀ ਹੈ, ਕੋਈ 90,000 ਚੱਲੀ ਹੈ, ਕੋਈ 1,00,000 ਚੱਲੀ ਹੈ ਜੀ, ਬਸ ਇੱਥੇ ਗੱਡੀਆਂ ਚੱਲੀਆਂ ਹੈਗੀਆਂ। ਠੀਕ ਹੈ, ਠੀਕ ਹੈ ਜੀ। ਕੋਈ ਅਸੀਂ ਮੀਟਰ ਨਾਲ ਛੇੜਛਾੜ ਨਹੀਂ ਕੀਤੀ, ਜਿਵੇਂ ਡੀਲਰ ਆਮ ਕਰ ਦਿੰਦੇ ਹੈਗੇ, 30 ਦੇ ਕਰਤੀ, 35 ਦੀ ਕਰਤੀ, ਉਹ ਕੰਮ ਨਹੀਂ ਜੀ। ਇਹ ਵਾਲੀ ਗੱਡੀ I-20 ਦੇ ਦਾਂਗੇ ਜੀ, ਸਿਰਫ ਅੱਜ ਦਾ ਦਿਨ। ਹੁਣ ਤਾਂ ਅਸੀਂ 1,50,000 ਰੁਪਏ ਡਿਮਾਂਡ ਕਰਦੇ ਹੈਗੇ ਗੱਡੀ ਦੀ। ਹਾਂਜੀ, ਜਿਹੜਾ ਵੀਡੀਓ ਦੇਖ ਕੇ ਆ ਕੇ, ਕਹਿ ਤੂੰ ਵੀਡੀਓ ਦੇਖ ਕੇ ਆਇਆ, ਉਹਨੂੰ ਸਿਰਫ 1,00,000 ਰੁਪਏ ਦੀ ਗੱਡੀ ਦੇਵਾਂਗੇ ਜੀ। I-20 ਪੈਟਰੋਲ, ਨੋ ਮਾਡਲ, CNG ਕਿੱਟ, ਔਨ ਪੇਪਰ। ਠੀਕ ਹੈ ਜੀ, ਔਨ ਪੇਪਰ, ਔਨ ਪੇਪਰ ਜੀ, ਔਨ ਪੇਪਰ। ਹਾਂਜੀ ਹਾਂਜੀ, ਠੀਕ ਹੈ ਜੀ, ਠੀਕ ਹੈ ਸਰ। ਹਾਂਜੀ ਹਾਂਜੀ, ਠੀਕ ਹੈ। ਹੋਰ ਕੋਈ ਵੀ ਗੱਡੀ ਔਨ ਡਿਮਾਂਡ ਕਿਸੇ ਨੂੰ ਕੋਈ ਚਾਹੀਦੀ ਹੈ, ਕੋਈ ਸਕਾਰਪੀਓ ਚਾਹੀਦੀ ਹੈ, S11 ਚਾਹੀਦੀ ਹੈ, 10 ਚਾਹੀਦੀ ਹੈ, 20, 21, 22, 23 ਮਾਡਲ ਵੀ ਮਿਲ ਜੂ ਗੱਡੀ। ਹਾਂਜੀ, ਕੋਈ ਵੀ ਗੱਡੀ, ਨੋਵਾ, ਇਸ ਤਰ੍ਹਾਂ ਦੀ ਕੋਈ ਵੀ ਗੱਡੀ ਚਾਹੀਦੀ ਹੈ ਜੀ, ਅਵੇਲੇਬਲ ਮਿਲੂਗੀ, ਸਭ ਕੁਛ ਹੈਗਾ ਜੀ ਆਪਣੇ ਕੋਲੇ। ਤੇ ਕੰਟੈਕਟ ਕਰਕੇ, ਸਾਰਾ ਕੁਝ ਕਰਕੇ ਬੰਦਾ ਆ ਸਕਦਾ ਸਾਡੇ ਕੋਲੇ ਜੀ। ਠੀਕ ਹੈ, ਬਾਹਰੋਂ ਅੰਦਰੋਂ ਦਵਾ ਦਾਂਗੇ ਗੱਡੀ, ਕੋਈ ਗੱਲ। ਬਾਕੀ ਆਪਣੀ ਸ਼ਾਪ ਕਿਸੇ ਦਿਨ ਬੰਦ ਤਾਂ ਨਹੀਂ ਹੁੰਦੀ ਐਤਵਾਰ? ਨਹੀਂ ਜੀ, ਨਹੀਂ, ਸੰਡੇ ਵੀ ਆਪ ਓਪਨ ਰਹਿੰਦੀ ਹੈ ਦੁਕਾਨ, ਸੰਡੇ ਨੂੰ ਵੀ ਓਪਨ ਹੁੰਦੀ ਹੈ ਜੀ। ਠੀਕ ਹੈ ਜੀ, ਠੀਕ ਹੈ ਜੀ। ਤੇ ਕੋਈ ਆਪਾਂ ਨੂੰ ਕਿਸੇ ਗੱਲ ਦੀ ਦਿੱਕਤ ਨਹੀਂ ਹੈਗੀ, ਜਦੋਂ ਮਰਜ਼ੀ ਮੰਨ ਕੇ ਚੱਲੋ। ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ ਕਿੰਨੇ ਵਜੇ ਤੱਕ? 5 ਵਜੇ ਤੱਕ, ਸ਼ਾਮ ਦੇ 6 ਵਜੇ ਤੱਕ ਜੀ, 6:30 ਵਜੇ ਤੱਕ ਸ਼ਾਪ ਓਪਨ ਰਹਿੰਦੀ ਹੈ। ਤੁਸੀਂ ਕਿਸੇ ਟਾਈਮ ਵੀ ਫੋਨ ਵੀ ਕਰ ਸਕਦੇ ਜੇ ਕਿਸੇ ਡਿਟੇਲ ਚਾਹੀਦੀ। ਸਕਾਰਪੀਓ ਗੱਡੀ ਬੈਕ ਸਾਈਡ ਖੜੀ ਆ, ਨਵੀਂ ਲੈਣੀ ਹੈ, ਉਹ ਵਿੱਚ ਕਟਿੰਗ ਕਰ ਦਾਂਗੇ ਜੀ। ਠੀਕ ਹੈ, ਕਿਸੇ ਨੇ ਕੋਈ ਲੋਨ ਕਰਾਉਣਾ, ਲੋਨ ਦੀ ਸੁਵਿਧਾ ਵੀ ਹੈਗੀ ਹੈ ਜੀ। ਅੱਛਾ, ਲੋਨ ਕਰ ਦੋ? ਹਾਂਜੀ, 70 ਤੋਂ ਲੈ ਕੇ 75% ਗੱਡੀ ਦਾ ਲੋਨ ਕਰਾ ਦਾਂਗੇ ਜੀ। ਠੀਕ ਹੈ ਜੀ, ਮੰਨ ਲਓ ਆ ਗੱਡੀ ਆਪਾਂ ਕੋਈ ਲੈਣੀ ਹੈ, ਜਿਵੇਂ 15 ਮਾਡਲ ਗੱਡੀ ਲੈਣੀ ਹੈ ਜੀ। ਹਾਂਜੀ, ਤਾਂ ਸਿਰਫ ਬੰਦਾ 70,000 ਰੁਪਏ ਲੈ ਕੇ ਆ ਜਾਏ, ਆਪਾਂ ਬਾਕੀ ਸਾਰਾ ਲੋਨ ਕਰਵਾ ਦਾਂਗੇ ਜੀ। ਠੀਕ ਹੈ, ਬਾਕੀ ਸਾਰਾ ਲੋਨ, ਸਾਰਾ ਲੋਨ ਕਰਵਾ ਦਾਂਗੇ ਯਾਰ, ਤੁਸੀਂ ਇੱਕ ਵਾਰੀ ਦੇਣਾ, ਉਸ ਤੋਂ ਬਾਅਦ ਲੋਨ ਕਰ ਦੇਣਗੇ। ਬਿਲਕੁਲ, ਸਾਰਾ ਕੁਝ। ਜੇ ਕਿਸੇ ਨੇ ਆਪਦੀ ਗੱਡੀ ਦੇਣੀ ਹੈ ਵਿੱਚ ਕਟਾਉਣੀ ਹੈ, ਉਹ ਗੱਡੀ ਦੀ ਕੰਡੀਸ਼ਨ ਵੇਖ ਕੇ ਕੱਟ ਲਓ। ਹਾਂ, ਕੰਡੀਸ਼ਨ ਦੇਖ ਕੇ ਵਿੱਚ ਕੱਟ ਲਾਂਗੇ ਜੀ, ਵਧੀਆ ਰੇਟ ਨਾਲ ਕੱਟ ਦਾਂਗੇ ਜੀ, ਬਾਜ਼ਾਰ ਨਾਲ 10,000 ਉੱਤੇ ਹੀ ਕੱਟੋਗੇ, ਕੱਟ ਲਾਂਗੇ ਜੀ। ਤੇ ਬਾਕੀ ਮੌਕੇ ਤੇ ਜਿਹੜਾ ਬਾਈ ਨੇ ਕਿਹਾ ਮਾਨਤਾ ਨੂੰ ਹੋ ਜਾਏਗਾ। ਗੱਡੀਆਂ ਖੜੀਆਂ ਤੁਹਾਨੂੰ ਦੱਸਤੀਆਂ ਕਿਹੜੀਆਂ ਕਿਹੜੀਆਂ ਖੜੀਆਂ, I-20, ਸਵਿਫਟ ਹੋ ਗਈ, ਸਕਾਰਪੀਓ ਹੋ ਗਈ, ਬਲੈਰੋ ਹੋ ਗਈ। ਤੇ ਜੇ ਕੋਈ ਹੋਰ ਵੀ ਗੱਡੀ ਚਾਹੀਦੀ ਕਿਸੇ ਨੂੰ, ਤਾਂ ਜਦੋਂ ਮਰਜ਼ੀ
ਕਾਲ ਕਰ ਲਿਆ ਜੀ, ਬਾਈ ਨਾਲ ਗੱਲਬਾਤ ਕਰ ਲਿਆ ਜੀ। ਠੀਕ ਹੈ ਜੀ, ਧੰਨਵਾਦ। ਮਿਲ ਨੰਬਰ ਹੈਗਾ 98770 ਹਾਂਜੀ 18876 ਜੀ। ਠੀਕ ਹੈ ਜੀ, 9877070 ਹਾਂਜੀ 18776 ਜੀ। ਠੀਕ ਹੈ ਜੀ, ਠੀਕ ਹੈ ਜੀ, ਮਿਲਦੇ ਸ਼ੁਭਨਾਮ ਇੰਦਰ ਜੀ। ਹਾਂਜੀ ਧੰਨਵਾਦ, ਸ਼ੁਕਰੀਆ ਜੀ, ਧੰਨਵਾਦ, ਮਿਹਰਬਾਨੀ ਜੀ, ਧੰਨਵਾਦ, ਓਕੇ।